ਅਸਲਾਮ ਅਲੈਕਮ ਜੀ, ਵੈਲਕਮ ਟੂ ਨੁਮਾਰ ਖਾਨ ਪਿਜਨਸ। ਲਓ ਜੀ, ਭਾਈਆਂ ਸ਼ੋਅ ਕਰਵਾਇਆ ਸੀ ਚੌਧਰੀ ਅਫਤਾਬ ਖੰਬੀ, ਚੌਧਰੀ ਸਲਮਾਨ ਸਾਹਿਬ ਦਾ ਪਰਵਾਜ਼ੀ ਕਬੂਤਰਾਂ ਦਾ। ਮਾਸ਼ਾਅੱਲਾ, ਜਿਹੜੇ ਉਹਨਾਂ ਦੇ ਜੇਠ 'ਚ ਕਬੂਤਰ ਹੁੰਦੇ ਨੇ ਉਹਨਾਂ ਦਾ ਸ਼ੋਅ ਕਰਾਇਆ ਸੀ। ਹੁਣ ਉਹਨਾਂ ਦੇ ਬ੍ਰੀਡਰ ਕਬੂਤਰ ਨੇ ਜਿਹੜੇ ਮਾਸ਼ਾਅੱਲਾ ਬੜੇ ਆਲਾ ਕੁਆਲਿਟੀ ਦੇ, ਜ਼ਿਆਦਾਤਰ ਇਹਨਾਂ ਦੇ ਬ੍ਰੀਡਰ ਕਬੂਤਰ, ਮਤਲਬ ਇਹਨਾਂ ਦੇ ਬੱਚੇ ਘਰ ਦੇ ਨੇ ਅਤੇ ਜਿਹੜੇ ਕਬੂਤਰ ਕਾਰ 'ਚ ਪੈਂਦੇ ਨੇ ਇਹਨਾਂ ਦੇ ਘਰ ਦੇ ਨੇ। ਪਿਛਲੀ ਦਫ਼ਾ ਵੀ 8 ਕਬੂਤਰ ਜਿਹਨਾਂ ਦੇ ਕਾਰ 'ਚ ਪੈਨ ਉਹ ਘਰ ਦੇ ਸੀ। ਕੁਝ ਬੱਚੇ ਨਹਾਉਣ ਰੋਕੇ ਨੇ ਕਾਰ ਜੋੜਿਆ ਵਾਸਤੇ। ਇਹ ਹੀ ਨਾ ਗੋਲਡਨ ਕਬੂਤਰ, ਇਹ ਜੀ ਗੋਲਡਨ ਕਬੂਤਰ ਜੀ, ਪੱਠੀ ਮਾਸ਼ਾਅੱਲਾ ਬੜੀ ਕਮਾਲ ਦੀ, ਬਹੁਤ ਹੀ ਅੱਛੀ ਮਾਸ਼ਾਅੱਲਾ, ਕਬੂਤਰ ਹੀ ਬੜਾ ਕਮਾਲ ਦਾ, ਬਹੁਤ ਅੱਛਾ ਮਾਸ਼ਾਅੱਲਾ। ਮੇਰੇ ਖਿਆਲ ਮੈਂ ਇਹਦਾ ਕਬੂਤਰ ਹਜੇ ਤੱਕ ਨਹੀਂ ਵੇਖਿਆ ਨਾ, ਬੜੇ ਚੈਂਡੀ ਕਬੂਤਰ ਇੱਥੇ ਵੇਖੇ, ਲੇਕਿਨ ਮੇਰੇ ਖਿਆਲ ਨਾਲ ਕਬੂਤਰ ਸਭ ਤੋਂ ਫਸਟ ਹੈ ਇਹਨਾਂ ਦੇ। ਮਾਸ਼ਾਅੱਲਾ ਕਾਫੀ ਅੱਛੇ ਜੋੜੇ ਨੇ, ਸਾਡੀ ਸਮੇਂ ਦੇ ਮੁਤਾਬਿਕ ਇਹ ਕਬੂਤਰ ਸਭ ਤੋਂ ਅੱਛਾ ਇਹਨਾਂ ਦੇ ਕਬੂਤਰ। ਮਾਸ਼ਾਅੱਲਾ ਬੜੇ ਬੜੇ ਕਮਾਲ ਦੇ ਕਬੂਤਰ ਪਏ ਨੇ, ਬੜੇ ਅੱਛੇ ਅਤੇ ਬੜੇ ਨਜਾਬ ਕਬੂਤਰ ਪਏ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਕਬੂਤਰ ਉਸ ਤਰ੍ਹਾਂ ਦਾ, ਲੇਕਿਨ ਜੇ ਆਪਣੀ ਆਪਣੀ ਪਸੰਦ ਹੈ ਕਿ ਹਰ ਬੰਦੇ ਦੀ ਆਪਣੀ ਪਸੰਦ ਹੈ। ਹੁਣ ਭਾਈ ਅਫਤਾਬ ਨੇ ਸਿਰਫ ਟੈਡੀ ਕਬੂਤਰ ਜ਼ਿਆਦਾ ਪਸੰਦ ਨੇ, ਉਹ ਜ਼ਿਆਦਾ ਟੈਡੀ ਰੱਖਦੇ ਨੇ, ਲੇਕਿਨ ਮਾਸ਼ਾਅੱਲਾ ਜਿਹੜਾ ਇਹ ਗੋਲਡਨ ਕਬੂਤਰ ਹੈ ਨਾ, ਇਸ 'ਚ ਵੀ ਕਬੂਤਰ ਕੋਈ ਨਹੀਂ ਆਉਣ ਲੱਗਾ ਇਨਸ਼ਾਅੱਲਾ। ਅੱਲਾਹ ਦੇ ਹੁਕਮ ਨਾਲ ਇਸ ਤਰ੍ਹਾਂ ਜਿਹੜਾ ਮਰਜ਼ੀ ਮਾਦੀ ਕਹਿੰਦੇ ਲਾਈਏ, ਉਹਨਾਂ ਰਿਜ਼ਲਟ ਦਿੱਤਾ ਹੈ। ਕਬੂਤਰ 'ਚ ਕੁਆਲਿਟੀ ਹੈ, ਕਬੂਤਰ ਬੱਚੇ ਉਡਾਉਂਦਾ ਨਾ। ਇਹ ਮਾਸ਼ਾਅੱਲਾ ਇਹਦਾ ਇੱਕ ਮਤਲਬ ਜਿਹੜਾ ਬੱਚਾ ਉਡਾਉਂਦੇ ਉਹ ਅੱਲਾਹ ਦੇ ਹੁਕਮ ਨਾਲ ਉੱਡਦਾ ਸਾਰੇ। ਲਓ ਜੀ, ਹੁਣ ਜਿਹੜੇ ਕਬੂਤਰਾਂ ਨੇ ਜਿਹਨਾਂ ਦੇ ਬੱਚਿਆਂ ਨੂੰ ਮੋਹਰਾਂ ਲੱਗਦੀਆਂ ਉਹਨਾਂ ਦਾ ਤੁਹਾਨੂੰ ਸ਼ੋਅ ਕਰਾਉਂਦੇ, ਇਨਸ਼ਾਅੱਲਾ ਹੱਥ 'ਚ ਫੜ ਕੇ ਤੁਹਾਨੂੰ ਸ਼ੋਅ ਕਰਾਵਾਂਗੇ। ਇੱਕ ਦਫ਼ਾ ਮੈਂ ਕਿਹਾ ਤੁਹਾਨੂੰ, ਵੈਸੇ ਤੁਹਾਨੂੰ ਵਿਖਾ ਦੇਵਾਂਗੇ ਮਾਸ਼ਾਅੱਲਾ ਕਿੱਡੀ ਤਾਦਾਦ ਵਿੱਚ ਅੱਛੇ ਕਬੂਤਰ ਇਹਨਾਂ ਕੋਲ ਪਏ ਨੇ। ਮਾਸ਼ਾਅੱਲਾ ਬੱਚਾ ਬੜਾ ਕਲਾਸਿਕ ਨਿਕਲੇ ਅਜੇ। ਇਹ ਜੀ ਮਾਦੀ ਦੀ ਇਹਨਾਂ ਬੜੀ ਤਾਰੀਫ ਕੀਤੀ ਹੈ, ਇਹ ਵੀ ਤੁਹਾਨੂੰ ਫੜ ਕੇ ਵਿਖਾਉਂਦੇ ਹਾਂ ਜੀ। ਇਹਨਾਂ ਕਿਹਾ ਜੀ ਇਸ ਹਰ ਕੁਆਲਿਟੀ ਦਾ ਬੱਚਾ ਕੱਢਿਆ, ਇਸ ਕਮੱਗਰ ਬੱਚੇ ਵਿੱਚ ਕੱਢਦੀ ਹੈ, ਟੈਡੀ ਬੱਚੇ ਵੀ ਕੱਢਦੀ ਹੈ, ਸਾਰੇ ਬੱਚੇ ਕੱਢਦੀ ਹੈ ਮਾਸ਼ਾਅੱਲਾ। ਤੁਹਾਨੂੰ ਫੜ ਕੇ ਵੀ ਸ਼ੋਅ ਕਰਾਉਂਦੇ ਹਾਂ। ਕਬੂਤਰ ਵੇਖੋ ਜੀ ਮਾਸ਼ਾਅੱਲਾ, ਮੇਰੇ ਖਿਆਲ ਨਾਲ ਇੰਨੀ ਅੱਛੀ ਤਾਦਾਦ ਵਿੱਚ ਕਿਸੇ ਕੋਲ ਘੱਟ ਹੀ ਹੋਣੇ ਨੇ ਸਾਰੇ ਕਬੂਤਰ ਹੀ ਮਾਸ਼ਾਅੱਲਾ। ਇੱਕ ਛੋੜਦੇ ਤੇ ਦੂਸਰਾ ਕਹਿੰਦੇ ਜਿਹੜਾ ਨਹੀਂ ਹੈ ਬਹੁਤ ਚੰਗਾ, ਤੀਸਰਾ ਫੜਦੇ ਨਹੀਂ ਹੈ ਉਹ ਯਾਰਾ ਉਸ ਨੂੰ ਚੰਗਾ। ਮਾਸ਼ਾਅੱਲਾ ਕਬੂਤਰ ਵੀ ਨਹੀਂ ਹੋਣੇ ਚਾਹੀਦੇ, ਬੰਦਾ ਵੇਖ ਕੇ ਇੱਕ ਵਾਰੀ ਬਹਿ ਜਾਵੇ ਨਹੀਂ ਉਹ ਯਾਰਾ, ਕਿਆ ਬਾਤ ਹੈ ਮਾਸ਼ਾਅੱਲਾ ਕਬੂਤਰਾਂ ਦੀ, ਮਜ਼ਾ ਆ ਗਿਆ, ਯਕੀਨ ਕਰੋ ਮਜ਼ਾ ਆ ਗਿਆ, ਮਿਹਨਤ ਬਹੁਤ ਮਜ਼ਾ ਆ ਰਿਹਾ। ਉਮੀਦ ਕਰਦੇ ਹਾਂ ਕਿ ਭਾਈਆਂ ਨੂੰ ਵੀ ਮਜ਼ਾ ਆਏਗਾ, ਸ਼ੌਕ ਅੱਛਾ ਲੱਗੇ ਤੇ ਭਾਈ ਜੀ ਪ੍ਰਮੋਟ ਕਰੋ, ਲੋਕਾਂ ਨੇ ਹੌਸਲਾ ਅਫਜ਼ਾਈ ਕਰੋ, ਭਾਈ ਅਫਤਾਬ ਦੀ ਹੌਸਲਾ ਅਫਜ਼ਾਈ ਕਰੋ ਕਿ ਅੱਛਾ ਸ਼ੌਕ ਕਰ ਰਹੇ ਨੇ, ਤਾਂ ਕਿ ਸਾਡੇ ਪਾਕਿਸਤਾਨ ਦਾ ਨਾਂ ਰੋਸ਼ਨ ਹੋਵੇ, ਪੰਜਾਬ ਦਾ ਨਾਂ ਰੋਸ਼ਨ ਹੋਵੇ, ਬੰਦੇ ਅੱਗੇ ਆਉਣ। ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਅੱਜ ਵੀ ਨਾਂ ਰੋਸ਼ਨ ਹੋ ਰਿਹਾ ਤੇ ਇਨਸ਼ਾਅੱਲਾ ਅੱਗੋਂ ਵੀ ਹੁੰਦਾ ਰਹੇਗਾ, ਅੱਛਾ ਸ਼ੌਕ ਕਰ ਰਹੇ ਨੇ। ਹੁਣ ਅਗਲਾ ਤੁਹਾਨੂੰ ਪੋਰਸ਼ਨ ਵਿਖਾਉਂਦੇ ਹਾਂ। ਅਜੇ ਕੁਝ ਮਹਿਕ ਕਬੂਤਰ ਇਹਨਾਂ ਦੇ ਬਾਹਰ ਨਿਕਲੇ ਹੋਏ, ਕਿਉਂਕਿ ਉਹ ਬਾਹਰ ਅੱਗੇ ਕੱਢੇ ਸੀ ਕਿ ਮਤਲਬ ਬਾਹਰ ਸ਼ੋਅ ਕਰਾਉਂਦੇ ਹਾਂ, ਲੇਕਿਨ ਇਹ ਕਿ ਬਾਹਰ ਧੁੱਪ ਦੀ ਵਜ੍ਹਾ ਤੋਂ ਸਹੀ ਕਲੀਅਰ ਨਹੀਂ ਆ ਰਿਹਾ ਸੀ।
ਸਲਮਾਨ ਬਾਈ ਦਾ ਜਿਹੜਾ ਜੋੜਾ ਤੁਹਾਡਾ ਮੋਹਰ ਲਵਾਉਂਦਾ ਬੱਚਾ, ਜਿਹੜਾ ਤੁਹਾਨੂੰ ਯਕੀਨ ਹੁੰਦਾ ਤੁਸੀਂ ਮਤਲਬ ਬੱਚਾ ਮੋਹਰ ਲਵਾਏਗਾ ਉਹ ਜੋੜਾ ਦਾ ਸ਼ੋਕ ਕਰਾਓ ਜਿਹਦੀ ਪੱਕੀ ਗਰੰਟੀ, ਜਿਸ ਮੋਹਰ ਲਵਾਣੀ ਲਵਾਣੀ ਅਗਰ ਬਚ ਗਿਆ, ਅਗਰ ਖੁਦਾਈ ਮੌਸਮ ਚ ਨਾ ਗਿਆ ਜਾਂ ਤੂਫਾਨ ਚ ਨਾ ਗਿਆ, ਚੌਥੀ ਨੰਬਰ ਠੀਕ ਹੋ ਗਿਆ। ਲਓ ਜੀ ਮਾਸ਼ਾਅੱਲਾ ਸ਼ੋਕ ਕਰੋ ਉਸਤਾਦ ਜ਼ਹੀਰ ਅੱਲਾ, ਚੌਂਤੀ ਨੰਬਰ ਕਬੂਤਰ, ਕਿਆ ਬਾਤ ਹੈ ਮਾਸ਼ਾਅੱਲਾ ਕਿਆ ਬਾਤ ਹੈ। ਠੀਕ ਹੈ ਜੀ, ਪਰ ਵਿਖਾਓ ਕਹਿੰਦਾ ਜੀ। ਵੈਸੇ ਤੁਹਾਡੇ ਸਾਹਮਣੇ ਦੇ ਕਿਹੜੀ ਚੀਜ਼ ਹੈ ਜਿਹੜੀ ਮਜਬੂਰ ਕਰਦੀ ਕਿ ਤੂੰ ਬੱਚੇ ਉਡਾਣੇ ਉਡਾਣੇ ਨੇ? ਕਬੂਤਰ ਫਿਰ ਨਸਲ ਇੱਕ ਤੇ ਹੂਨ ਹੂਨ ਅੱਛਾ ਹੋਵੇ। ਤੁਹਾਡੇ ਹਿਸਾਬ ਨਾਲ ਇੱਕ ਚੀਜ਼ ਕਿਹੜੀ, ਇੱਕ ਐਸੀ ਖਾਸ ਹੋਣੀ ਚਾਹੀਦੀ ਜਿਹੜੀ ਕਬੂਤਰ 'ਚ ਤੁਸੀਂ ਸਾਰਿਆਂ ਨਾਲ ਪਹਿਲਾਂ ਵੇਂਦੇ ਹੋ, ਜਿਹੜੀ ਤੁਹਾਨੂੰ ਮਤਲਬ ਤੁਸੀਂ ਪਹਿਲੀ ਤੇ ਗੱਲ ਇਹ ਕਬੂਤਰ ਤੱਕਣੇ ਸਾਥ ਪਤਾ ਲੱਗ ਜਾਂਦਾ ਕਿ ਕਬੂਤਰ ਸਿੱਖ ਕੋਈ ਵੀ ਨੀ ਸਕਦਾ। ਇਹ ਤੇ ਮਹਿਲ ਕੋ ਵੱਡਾ ਉਸਤਾਦ ਵੀ ਕਵੇਗਾ ਯਾਰ ਮੈਂ ਸਿੱਖ ਹੀ ਰਿਹਾ ਅਜੇ। ਇਹੀ ਗੱਲ ਨਹੀਂ, ਅਸੀਂ ਵੀ ਉਸਤਾਦ ਰਾਣੀ ਉਸਤਾਦ ਸਾਹਿਬ ਨੀ ਉਹਨਾਂ ਨੇ ਘਰ ਨੀ ਕਬੂਤਰ ਜ਼ਿਆਦਾ ਉਹਨਾਂ ਨੇ ਜੋੜੇ ਬਣਾਏ ਹੋਏ ਇੱਥੇ। ਠੀਕ ਹੋ ਗਿਆ, ਠੀਕ ਹੋ ਗਿਆ ਮਾਸ਼ਾਅੱਲਾ। ਛੋੜੋ ਖਾਂ ਜੀ ਇੱਥੇ ਇੱਥੇ ਫੇਟੀ ਪੁੱਛੋ, ਇਹ ਕਬੂਤਰ ਵੇਖੋ ਜੀ ਮਾਸ਼ਾਅੱਲਾ। ਇਹ 24 ਨੰਬਰ ਦੱਸਿਆ, ਕਿਹੜਾ ਦੱਸਿਆ? ਚੌਥੀ ਨੰਬਰ, ਚੌਂਤੀ ਨੰਬਰ ਉਸਤਾਦ ਦੇ ਹਿਸਾਬ ਦਾ। ਤੁਹਾਡਾ ਨੰਬਰ ਮਤਲਬ? ਸਾਡਾ 3 ਨੰਬਰ, 3 ਨੰਬਰ ਜੀ ਮਾਸ਼ਾਅੱਲਾ ਕਿਆ ਬਾਤ। ਇਸ ਨਮਾਦੀ ਕਿਹੜੀ ਲੱਗੀ ਜੀ? ਮਾਦੀ ਦਾ ਸ਼ੋਕ ਕਰਾ ਪੂਰਾ ਜੋੜਾ ਮੁਕੰਮਲ ਭਾਈਆਂ ਨੂੰ ਸ਼ੋਕ ਕਰਾਈਏ ਤਾਂ ਕਿ ਭਾਈ ਵੀ ਕੋਈ ਇਸ ਤਰ੍ਹਾਂ ਦੇ ਪੀਸ ਲੋੜ ਕੇ ਬਣਾਉਣ। ਤਿੰਨ ਨੰਬਰ ਜੋੜਾ ਤੇ ਇਸ ਸਾਲ ਨਾ ਮਾਦੀ ਆ 8ਵੀਂ ਫੜ ਕੇ ਲਗਰ ਲੈ ਕੇ। ਅੱਛਾ 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 ਅੱਛਾ, ਇਸ ਇਸ ਸਾਲ ਜਾਂ ਇਸ ਸਾਲ 2020 ਪਹਿਲੀ ਦੀ ਕੀ ਪਰਫਾਰਮੈਂਸ ਸੀ? 3-4 ਪਾ 2-3 ਫੜਕਾਂ ਨਹੀਂ ਸ਼ਾਮ ਨਹੀਂ ਆਵੀ। ਅੱਛਾ 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 ਅੱਛਾ, ਜ਼ਿਆਦਾ ਮੌਸਮ ਖਰਾਬ ਸਨ ਨਾ ਫਿਰ ਇਸ ਵਜ੍ਹਾ ਤੋਂ ਕਬੂਤਰੀ ਹੈ ਸਾਹਮਣੇ ਖਲੋ ਗਈ ਅਸ ਉੱਥੇ ਵੀ ਉੱਡਣਾ ਬੰਦ ਹੋ ਗਈ ਹੈ, ਬੰਦ ਵੀ ਉੱਡਣਾ ਮਾਸ਼ਾਅੱਲਾ। ਬੜੀ ਕਮਾਲ ਦੀ ਮਾਤੀ ਜੀ, ਇਹ ਵੀ ਉਹਨਾਂ ਦੇ ਚੋ ਦੀ ਜ਼ਿੱਦ ਕਰਦੀ ਆ ਉਹਨਾਂ ਦੀ ਕਰ। ਠੀਕ ਹੈ ਜੀ, ਪਰ ਵਖਾਓ ਛੋੜੋ ਖਾਂ ਜੀ ਇੱਥੇ ਸਾਹਮਣੇ। ਲਓ ਜੀ ਸ਼ੋਅ ਕਰੋ ਮਾਸ਼ਾਅੱਲਾ, ਟੈਡੀ ਕਬੂਤਰ, ਟੈਡੀ ਜੋੜਾ ਪਿਓਟੀ 'ਚ ਲੱਗੇ ਆ ਮਾਸ਼ਾਅੱਲਾ। ਮਾਸ਼ਾਅੱਲਾ ਸਾਰੇ ਕਬੂਤਰ ਹੀ ਭਾਅ ਜੀ ਇੱਕ ਦੂਜੇ ਨਾਲ ਵੱਧ ਕੇ ਨੇ, ਕਿਆ ਬਾਤ ਹੈ ਕਿਆ ਬਾਤ ਹੈ ਮਾਸ਼ਾਅੱਲਾ। ਆਏ ਹਾਏ ਹਾਏ, 3 ਨੰਬਰ ਬੜਾ ਕਬੂਤਰ ਹੈ। ਕਬੂਤਰ ਵੇਖੋ ਮਾਸ਼ਾਅੱਲਾ, ਕਿਸੇ ਕਬੂਤਰ ਚ ਕੋਈ ਸ਼ੱਕ ਨਹੀਂ ਮਾਸ਼ਾਅੱਲਾ, ਸਾਰੇ ਕਬੂਤਰ 100% ਪਾਸ ਤੇ ਪੂਰੇ। ਮੇਰਾ ਸਿਰਫ ਦਿਖਾਣੇ ਦਾ ਮਕਸਦ ਵੀ ਇਹੀ ਹੈ ਕਿ ਤਾਂ ਕਿ ਭਾਈਆਂ ਦਾ ਸ਼ੌਕ ਹੋਵੇ, ਭਾਈਆਂ ਨੂੰ ਪਤਾ ਲੱਗੇ ਸਾਂ ਇਸ ਤਰ੍ਹਾਂ ਦੀ ਚੀਜ਼ ਲਿਆਉਣੀ ਹੈ। ਚਲੋ ਜੀ ਹੁਣ ਸਾਨੂੰ ਗੋਲਡਨ ਕਬੂਤਰ ਵਿਖਾਓ, 14 ਨੰਬਰ ਦਾ ਸ਼ੋਅ ਕਰਾਓ ਜਿਨ੍ਹਾਂ ਦੇ ਤੁਹਾਡੇ ਕੋਲ ਪੱਠੀਆਂ ਪੱਠੇ ਉੱਡਦੇ ਨੇ।
ਐ ਕਸਟਮ ਵਾਲਾ ਜੋੜਾ ਜੀ ਐ ਨਾਰੇ ਨਾ ਐ ਜੀ ਐ ਨਾਰੇ ਤੇ ਉਹ ਮਾਦੀ ਨਾਲ ਬੈਠੀ ਮਾਦੀ ਮਾਸ਼ਾਅੱਲਾ ਕੀ ਬਾਤ ਹੈ ਠੀਕ ਹੈ ਜੀ ਪਰ ਵਿਖਾਓ ਹਾਏ 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 ਮਾਸ਼ਾ ਅੱਲਾ ਬੜਾ ਕਮਾਲ ਦਾ ਪਾਰ ਹੈ ਜੀ ਬਹੁਤ ਅੱਛਾ ਹਾਏ ਹਾਏ ਕੀ ਬਾਤ ਹੈ ਠੀਕ ਹੈ ਜੀ ਹਾਜੀ ਮਾਨੁੱਲਾ ਕਸੂਰ ਵਾਲੇ ਲੋ ਜੀ ਮਾਸ਼ਾਅੱਲਾ ਸ਼ੋ ਕਰੋ ਹਾਜੀ ਮਾਨੁੱਲਾ ਕਸੂਰ ਮਾਸ਼ਾਅੱਲਾ ਉਹ ਕੱਟ ਕਬੂਤਰ ਕਿਸੇ ਦਿੰਦੇ ਨੇ ਵੈਸੇ ਆਪਣੇ ਬ੍ਰੀਡਰ ਕਬੂਤਰ ਨੇ ਲੇਕਿਨ ਇਹ ਕਿ ਮਾਸ਼ਾਅੱਲਾ ਭਾਈ ਅਫਤਾਬ ਨਾਲ ਅੱਛੀ ਦੋਸਤੀ ਹੈ ਉਹਨਾਂ ਗਿਫਟ ਕਬੂਤਰ ਭੇਜਿਆ ਮਾਸ਼ਾਅੱਲਾ ਬੜਾ ਕਮਾਲ ਦਾ ਠੀਕ ਹੈ ਜੀ ਕੀ ਬਾਤ ਹੈ ਮਾਸ਼ਾਅੱਲਾ ਪਰ ਵੇਖੋ ਹਾਏ 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 ਕੀ ਬਾਤ ਹੈ ਮਾਸ਼ਾਅੱਲਾ ਠੀਕ ਹੈ ਜੀ ਮਾਸ਼ਾਅੱਲਾ ਕਬੂਤਰ ਵੇਖੋ ਉਹ ਭਾਅ ਜੀ ਉਹ ਕਬੂਤਰ ਫੜ ਕੇ ਵਿਖਾਉਣਾ ਜੇ ਲਓ ਜੀ ਮਾਸ਼ਾਅੱਲਾ ਸ਼ੋਅ ਕਰੋ ਭਾਅ ਜੀ ਕੀ ਬਾਤ ਹੈ ਮਾਸ਼ਾਅੱਲਾ ਠੀਕ ਹੈ ਜੀ ਠੀਕ ਹੈ ਛੋੜੋ ਜੀ ਇੱਕ ਤੁਹਾਡੇ ਕੋਲ ਪੁਰਾਣਾ ਕਬੂਤਰ ਹੁੰਦਾ ਸੀ ਬੁੱਤ ਨਹੀਂ ਪਾਉਂਦਾ ਬਿਲਕੁਲ ਪਰ ਬੁੱਤ ਕੌਣ ਸੀ ਅੱਛਾ ਸੀ ਭਾਅ ਕਰ ਦਿੱਤਾ ਮਾਸ਼ਾਅੱਲਾ ਬੜਾ ਅੱਛਾ ਕਬੂਤਰ ਸੀ ਜੀ ਉਹ ਵੀ ਲਓ ਜੀ ਮਾਸ਼ਾਅੱਲਾ ਕੀ ਬਾਤ ਹੈ ਮਾਸ਼ਾਅੱਲਾ ਬੜੀ ਜੀ ਕਹਿੰਦੇ ਜੀ ਬੜੀ ਤਸੱਲੀ ਲਈ ਮਾਦੀ ਸਾਡੀ ਹਰ ਕਿਸਮ ਦੇ ਬੱਚੇ ਕੱਢੇਗੀ ਟੈਡੀ ਵੀ ਕੱਢੇਗੀ ਇੱਕ ਮੱਗਰ ਵੀ ਕੱਢੇਗੀ ਬੜੀ ਨਸਲੀ ਮਾਦੀ ਮਾਸ਼ਾਅੱਲਾ ਅੱਖ ਦੇ ਰਿੰਗ ਵੇਖ ਲਓ ਕੀ ਬਾਤ ਹੈ ਮਾਸ਼ਾਅੱਲਾ ਠੀਕ ਹੈ ਜੀ ਪਰ ਵਿਖਾਓ ਤਸਵੀਰ ਕਬੂਤਰ ਮਾਸ਼ਾਅੱਲਾ ਦੋ
ਪੱਠੀ ਤੁਹਾਡੀ ਘਰ ਦੀ ਹੈ ਜਾਂ ਮਤਲਬ ਵੀ ਅੱਛਾ ਉਸਤਾਦ ਜ਼ਹੀਰ ਕੋਲੋਂ ਇਹ ਵੀ ਪੱਠੀਆਂ ਬਣ ਕੇ ਆਈਆਂ ਤੇ ਉਹਨਾਂ ਦਾ ਤਿੰਨ ਨੰਬਰ ਜੋੜਾ ਜਿਹੜੀ ਹੈ ਉੱਪਰ ਬੈਠੀ ਇਹ ਉਹ ਨਰ ਦੇ ਨਾਲ ਦੀ ਨਰ ਦੇ ਨਾਲ ਦੀ ਠੀਕ ਹੋ ਗਿਆ ਚੌਧਰੀ ਜ਼ਹੀਰ ਸਾਹਿਬ ਦੀ ਵੀ ਗੱਲ ਮਸ਼ਹੂਰ ਹੈ ਜੀ ਜੇ ਕਿਸੇ ਦੇ ਗਰਮੀ ਚ ਕਬੂਤਰ ਨਹੀਂ ਉੱਡਣਗੇ ਤੇ ਉਹਨਾਂ ਦੇ ਉੱਡਣਗੇ ਕਿਉਂਕਿ ਮਾਸ਼ਾਅੱਲਾ ਕਬੂਤਰ ਹੀ ਵੈਸੇ ਉਡਾਉਂਦੇ ਨੇ ਉਹ ਠੰਡੇ ਮੌਸਮ ਚ ਨਹੀਂ ਗਰਮ ਮੌਸਮ ਚ ਉਡਾਉਂਦੇ ਨੇ ਜਿਹੜੇ ਬੰਦੇ ਗਰਮ ਮੌਸਮ ਚ ਡਰਦੇ ਨਾ ਤੇ ਉਹ ਇਨਸ਼ਾਅੱਲਾ ਦੇ ਹੁਕਮ ਨਾਲ ਇਹਨਾਂ ਦੇ ਉਸਤਾਦ ਦੀ ਸਭ ਤੋਂ ਅੱਛੀ ਗੱਲ ਜੀ ਉਹ ਕਹਿੰਦੇ ਜੀ ਜਿੰਨੀ ਜ਼ਿਆਦਾ ਗਰਮੀ ਹੋਵੇ ਨਾ ਸਨ ਓਨਾ ਹੀ ਬਿਹਤਰ ਹੈ ਤੇ ਇਹਨਾਂ ਦੀ ਵੀ ਇਹੀ ਗੱਲ ਹੈ ਕਹਿੰਦੇ ਜੀ ਮੌਸਮ ਗਰਮ ਹੋਣਾ ਚਾਹੀਦਾ ਠੰਡਾ ਨਹੀਂ ਹੋਣਾ ਚਾਹੀਦਾ ਕਿਉਂਕਿ ਮਾਸ਼ਾਅੱਲਾ ਇਹਨਾਂ ਕਬੂਤਰ ਹੀ ਐਸੇ ਟ੍ਰੇਨ ਕੀਤੇ ਨੇ ਕਿ ਇਹਨਾਂ ਦੇ ਠੰਡੇ ਮੌਸਮ ਚ ਕਬੂਤਰ ਉਹ ਠੰਡੇ ਹੋ ਜਾਂਦੇ ਨੇ ਇਹਨਾਂ ਨਹੀਂ ਉਹ ਮਤਲਬ ਨਿਜ਼ਾਮ ਮੋਲ ਨਹੀਂ ਰਹਿੰਦਾ ਅਸਲ ਗਰਮ ਮੌਸਮ ਹੋਵੇ ਤੇ ਮਜ਼ਾ ਤਦ ਹੀ ਆਉਂਦਾ ਅਸਲ ਉਸਤਾਦੀ ਵੀ ਉੱਥੇ ਹੀ ਹੈ ਇਹ ਵੀ ਪੱਠੀ ਘਰ ਦੀ ਰੁਕੀ ਹੈ ਸ਼ੌਕ ਕਰੋ ਜੀ ਮਾਸ਼ਾਅੱਲਾ ਇਸੇ ਨਾਲ ਇਜਾਜ਼ਤ ਚਾਹੁੰਦੇ ਹੋ ਨੁਮਾਨ ਖਾਨ ਪਿਕਚਰਸ ਨੇ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਲਾ ਹਾਫਿਜ਼।